ਪਿੰਡ ਰਾਮੂਵਾਲਾ ਵਿਖੇ ਇੱਕ ਘਰ ਵਿੱਚੋਂ ਨੀਹਾਂ ਦੀ ਖੁਦਾਈ ਕਰਦੇ ਸਮੇਂ ਇੱਕ ਬੰਬ ਨੁਮਾ ਚੀਜ਼ ਮਿਲੀ ਹੈ। ਜਾਣਕਾਰੀ ਅਨੁਸਾਰ ਮਲਵੰਤ ਸਿੰਘ ਪੁੱਤਰ ਸਾਧੂ ਸਿੰਘ ਆਪਣਾ ਨਵਾਂ ਮਕਾਨ ਬਣਾਉਣ ਲਈ ਪੁਰਾਣੇ ਕਮਰਿਆਂ ਦੀ ਢਾਹ ਢੁਆਈ ਕਰ ਰਿਹਾ ਸੀ ਤਾਂ ਮਜ਼ਦੂਰ ਜਦੋਂ ਪੁਰਾਣੀ ਖੰਡ ਦੀ ਨੀਂਹ ਪੱਟ ਰਹੇ ਸਨ ਤਾਂ ਲੋਹੇ ਦੀ ਬੰਬ ਨੁਮਾ ਚੀਜ਼ ਮਿਲੀ। ਉਹਨਾਂ ਪਿੰਡ ਦੇ ਹੀ ਮੁਲਾਜ਼ਮ ਇਕਬਾਲ ਸਿੰਘ ਨੂੰ ਸੱਦਿਆ ਤਾਂ ਉਸਨੇ ਘਰਦਿਆਂ ਨੂੰ ਇਹ ਸੂਚਨਾ ਥਾਣੇ ਦੇਣ ਲਈ ਕਿਹਾ। ਉਹਨਾਂ ਵੱਲੋਂ ਥਾਣਾ ਮਹਿਣਾ ਜਾ ਕੇ ਇਸ ਦੀ ਸੂਚਨਾ ਦਿੱਤੀ ਤਾਂ ਤੁਰੰਤ ਹੀ SHO ਜਸਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਾਰੀ ਸੂਚਨਾ DSP ਧਰਮਕੋਟ ਨੂੰ ਦਿੱਤੀ ਤਾਂ DSP ਯਾਦਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਪਿੰਡ ਦੇ ਵਾਰ ਵਾਰ ਬਣੀ ਸੇਮ ਕੋਲ ਰਖਵਾ ਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ। ਧਰਮਵੀਰ ਜੀ, ਕੀ ਚੀਜ਼ ਮਿਲੀ ਹੈ ਘਰ ਦੇ, ਕਿਵੇਂ ਮਿਲੀ ਹੈ ਤੁਹਾਨੂੰ? ਇੱਥੇ ਨਿਓ ਪੱਟੀ ਸੀਗੀ ਜੀ। ਜੀ ਨਿਓ ਜਦੋਂ ਪੜਦੇ ਪੜਦੇ ਵਿੱਚੋਂ ਕੋਈ ਗੋਲੇ ਦੇ ਥਰੂ ਇੱਕ ਐਡੀ ਸਾਰੀ ਚੀਜ਼ ਨਿਕਲੀ ਲੰਬੀ ਲੋਹੇ ਦੀ ਬਣੀ ਹੋਈ ਜੀ। ਉਹਨਾਂ ਨੂੰ ਐਂ ਲੱਗਾ ਵੀ ਸਾਨੂੰ ਕੋਈ ਬੰਬ ਹੈਗਾ ਅਤੇ ਬਾਅਦ 'ਚ ਅਸੀਂ ਫਿਰ ਮਹਿਣਾ ਥਾਣੇ ਨੂੰ ਦੱਸਿਆ। SHO ਮੌਕੇ 'ਤੇ ਆਣ ਕੇ ਮੌਕਾ ਦੇਖਿਆ ਉਹਨਾਂ ਨੇ ਅਤੇ ਉਹ ਜਿਹੜਾ ਸੀਗਾ ਉਹਨਾਂ ਨੇ ਦੱਸਿਆ ਵੀ ਕੋਈ ਤੋਪ ਦਾ ਗੋਲਾ ਸੀਗਾ। ਅੱਛਾ ਜੀ। ਉਹਦੇ ਵਿੱਚ ਜਾਂਦੀ ਉਹਨਾਂ ਨੇ ਫਿਰ DSP ਸਾਹਿਬ ਨੂੰ ਸੱਦਿਆ ਧਰਮਕੋਟ ਨੂੰ। DSP ਆਣੇ ਆਣ ਕੇ ਮੌਕਾ ਦੇਖਿਆ, ਫਿਰ ਉਹ ਜਿਹੜਾ ਗੋਲਾ ਸੀਗਾ ਉਹਨਾਂ ਨੇ ਰੇਤਾ ਦੇ ਵਿੱਚ ਰੱਖ ਲਿਆ ਬੋਰੇ 'ਚ ਪਾ ਕੇ, ਫਿਰ ਬਾਹਰ ਕਿਤੇ ਖੁੱਲ੍ਹੀ ਜਗ੍ਹਾ 'ਤੇ ਉਹ ਕਹਿੰਦੇ ਲਿਜਾ ਕੇ ਇਹਨਾਂ ਨੂੰ ਮਿਸ ਕਰਾਂਗੇ। ਮਤਲਬ ਪੁਲਿਸ ਇੱਥੋਂ ਲੈ ਗਈ ਉਹ? ਹਾਂਜੀ, ਪੁਲਿਸ ਇੱਥੋਂ ਲੈ ਗਈ। ਤੁਹਾਨੂੰ ਕੀ ਦੱਸਿਆ ਕੀ ਚੀਜ਼ ਸੀ ਇਹ? ਸਾਨੂੰ ਤਾਂ ਉਹਨਾਂ ਨੇ ਦੱਸਿਆ ਸੀ ਵੀ ਕੋਈ 70 ਸਾਲ ਪੁਰਾਣਾ ਹੈਗਾ, 50 ਸਾਲ ਪੁਰਾਣਾ ਗੋਲਾ ਹੈਗਾ ਕੋਈ, ਵੀ ਇਹਦੇ ਬਾਰੇ ਅਸੀਂ ਸਾਨੂੰ ਵੀ ਪੂਰੀ ਕੋਈ ਨੌਲੇਜ ਨਹੀਂ ਹੈ। ਮੁੰਡਾ ਉਹਨਾਂ ਦਾ ਮੁਲਾਜ਼ਮ ਸੀਗਾ ਵਿੱਚੋਂ, ਉਹ ਕਹਿੰਦਾ ਸਾਹਿਬ ਮੈਨੂੰ ਵੀ ਇਹਦੇ ਬਾਰੇ ਕੋਈ ਇੰਨੀ ਨੌਲੇਜ ਹੈ ਨਹੀਂ। ਅਤੇ ਮਲਵੰਤ ਸਿੰਘ ਜੀ, ਸਾਨੂੰ ਸਾਧੂ ਸਿੰਘ ਜਿਹੜੇ ਇੱਕ ਨਿਊ ਜੀ ਪੱਟ ਰਹੇ ਸੀਗੇ ਜੀ, ਉੱਥੋਂ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਥਾਣੇ ਵੀ ਕੋਈ ਜਿਵੇਂ ਬੰਬ ਨੁਮਾ ਚੀਜ਼ ਹੈ ਉਹਨੂੰ ਫਿਰ ਇੱਥੇ ਸੇਫ ਜਗ੍ਹਾ ਲਿਆ ਕੇ ਰੱਖਿਆ ਜੀ। ਕਿਸੇ ਬੰਬ ਜਿਹੜੇ ਡਿਫਿਊਜ਼ ਟੀਮ ਆਊਗੀ ਉਹ ਆ ਕੇ ਦੱਸ ਦਿੰਦੇ ਇਹਦੇ ਬਾਰੇ ਕੀ ਸਹੀ ਚੀਜ਼ ਹੈ। ਕਿੰਨੇ ਵਜੇ ਦੀ ਘਟਨਾ ਇਹ? ਤੁਹਾਨੂੰ ਕੋਈ ਸੂਚਿਤ ਕੀਤਾ ਗਿਆ? 12 ਵਜੇ ਦੀ ਗੱਲ ਹੈ ਜੀ, 12:15। ਅਤੇ ਹੁਣ ਕੀ ਕਾਰਵਾਈ ਪੁਲਿਸ ਵੱਲੋਂ ਬੰਬ ਦਸਤਾ ਟੀਮ ਆ ਰਹੀ ਹੈ, ਕਿੰਨੇ ਵਜੇ ਤੱਕ ਪਹੁੰਚ ਜੂਗੀ? ਦੇਖੋ ਸਰ, ਮੈਂ ਪਹੁੰਚਣ ਵਾਲੀ ਹੋਣਗੇ ਜੀ, ਕਾਫੀ ਦੇਰ ਪਹਿਲਾਂ ਇੰਟੀਮੇਟ ਕਰਤਾ ਉਹਨਾਂ ਨੂੰ। ਆਵਾਜ਼ਕਮ TV ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।